ਅੱਜ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਸ਼ੱਕੀ ਵਿਅਕਤੀ ਜੋ ਕਿ ਇੱਕ ਦਿਨ ਪਹਿਲਾਂ ਦੁਬਈ ਤੋਂ ਵਾਪਸ ਭਾਰਤ ਆਇਆ ਸੀ। ਉਸ ਦੇ ਟੈਸਟ ਸਰਕਾਰੀ ਹਸਪਤਾਲ ਵਿੱਚ ਕੀਤੇ ਜਾ ਰਹੇ ਸਨ, ਪਰੰਤੂ ਕੋਰੋਨਾ ਵਾਇਰਸ ਦੇ ਸ਼ੱਕ ਦੇ ਆਧਾਰ 'ਤੇ ਵਿਅਕਤੀ ਫਰਾਰ ਹੋ ਗਿਆ। ਉੱਥੇ ਹੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੱਲ੍ਹ ਇੱਕ ਵਿਅਕਤੀ ਦੁਬਈ ਤੋਂ ਮੋਗਾ ਪਹੁੰਚਿਆ ਹੈ ਤਾਂ ਉਸ ਦੇ ਟੈਸਟ ਲਈ ਸਰਕਾਰੀ ਹਸਪਤਾਲ ਵਿੱਚ ਸੈਂਪਲ ਲਏ ਜਾ ਰਹੇ ਸਨ, ਪਰੰਤੂ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਹ ਵਿਅਕਤੀ ਹਸਪਤਾਲ ਤੋਂ ਫਰਾਰ ਹੋ ਗਿਆ, ਜਿਸ ਦੀ ਸੂਚਨਾ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਅਤੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਖਾਸ ਰਿਪੋਰਟ। ਆਓ ਸੁਣਦੇ ਹਾਂ ਮੋਗਾ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਇਸ ਬਾਰੇ ਕੀ ਕਹਿਣਾ ਹੈ। ਕੋਰੋਨਾ ਵਾਇਰਸ ਬਾਰੇ ਜੀ, ਅਸੀਂ ਸਾਰੇ ਲੋੜੀਂਦੇ ਪ੍ਰਬੰਧ ਜਿਹੜੇ ਆ ਸਾਡੇ ਹਸਪਤਾਲ 'ਚ ਹੋ ਚੁੱਕੇ ਹਨ। ਆਈਸੋਲੇਸ਼ਨ ਬੈਡ ਆ, ਸਾਰੇ ਟੈਸਟ ਸਾਡੇ ਕੋਲ ਹੁੰਦੇ ਆ, ਅਸੀਂ ਪੂਰੇ ਸਤਰਕ ਹਾਂ। ਪਰ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਤੁਸੀਂ ਇੰਡੀਆ ਵਿੱਚ ਦੇਖੋ, ਜਿੰਨੇ ਵੀ ਟੈਪ ਲੋਕ ਹੁਣ ਪੋਜ਼ੀਟਿਵ ਆਏ ਨੇ, ਕਿਸੇ ਦੀ ਡੈਥ ਨਹੀਂ ਹੋਈ। ਇਹਦਾ ਮਤਲਬ ਇਹ ਤੋਂ ਇਲਾਜ ਤੋਂ ਜ਼ਿਆਦਾ ਇਹਦਾ ਪਰਹੇਜ਼ ਜ਼ਰੂਰੀ ਹੈ, ਜਿਵੇਂ ਕਿ ਕਿਸੇ ਨਾਲ ਹੱਥ ਮਿਲਾਉਣਾ ਨਾ ਮਿਲਾਓ, ਭੀੜ ਭਰੀਆਂ ਥਾਵਾਂ 'ਤੇ ਨਾ ਜਾਓ, ਜਿਹਨੂੰ ਖਾਂਸੀ ਹੋਈ ਆ ਆਪਣੇ ਪਰਿਵਾਰਕ ਜਾਂ ਦੂਜੇ ਕਿਸੇ ਹੋਰ ਨੂੰ, ਉਹਦੇ ਤੋਂ ਥੋੜ੍ਹੀ ਥੋੜ੍ਹੀ ਦੂਰੀ ਬਣਾ ਕੇ ਰੱਖੋ। ਤੁਹਾਡੇ ਕੋਲ ਵੀ ਕੋਈ ਸ਼ੱਕੀ ਮਰੀਜ਼ ਆਇਆ ਜੀ? ਆਇਆ ਸੀ ਜੀ, ਉਸ ਬਾਰੇ ਅਸੀਂ ਟਰੇਸ ਕਰ ਰਹੇ ਹਾਂ ਪੂਰਾ, ਮੈਂ ਪੁਲਿਸ ਨੂੰ ਵੀ ਇਨਫੋਰਮੇਸ਼ਨ ਦਿੱਤੀ ਹੈ। ਕਿੱਥੋਂ ਆਇਆ ਸੀਗਾ ਜੀ ਪੇਸ਼ੈਂਟ? ਉਹ ਸਰ ਕੱਲ੍ਹ ਦੁਬਈ ਤੋਂ ਆਇਆ ਜੀ। ਅੱਜ ਕੁਛ ਟੈਸਟ ਹੋਏ ਹੋਸਪਿਟਲ 'ਚ? ਟੈਸਟ ਹੋਏ ਸੀ, ਪ੍ਰੈਮਿਲਰੀ ਟੈਸਟ ਹੋਇਆ, ਉਹਨਾਂ ਵਿੱਚ ਛੋਟਾ ਸ਼ੱਕ ਹੈ, ਕਨਫਰਮ ਨਹੀਂ ਹੈ ਹਲੇ। ਕਨਫਰਮੇਟਰੀ ਜੋ ਟੈਸਟ ਹੋਣਗੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਪੋਜ਼ਿਟਿਵ ਹੈ ਜਾਂ ਨਹੀਂ। ਠੀਕ, ਕਿੱਥੇ ਚਲਾ ਗਿਆ ਜੀ ਪੇਸ਼ੈਂਟ? ਉਹ ਪੇਸ਼ੈਂਟ ਸਰ ਉੱਥੋਂ ਜਦੋਂ ਆਈਸੋਲੇਸ਼ਨ ਵਾਰਡ ਵਿੱਚ ਲੈ ਕੇ ਜਾਣ ਲੱਗੇ ਉੱਥੋਂ ਚਲਾ ਗਿਆ। ਅਤੇ ਇਹਦੇ ਲਈ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ? ਅਸੀਂ ਟਰੇਸ ਕਰਾਂਗੇ ਜੀ, ਐਜ ਸੂਨ ਐਜ ਪੋਸੀਬਲ ਅਸੀਂ ਪੁਲਿਸ ਦੀ ਮਦਦ ਵੀ ਲੈ ਰਹੇ ਹਾਂ। ਹਾਂਜੀ, ਸਿਵਲ ਹਸਪਤਾਲ ਮੋਗਾ ਦੇ ਵਿੱਚ ਇੱਕ ਫਲੂ ਕੋਰਨਰ ਬਣਾਇਆ ਗਿਆ ਜੀ, ਇੱਕ ਵੱਖਰਾ ਕਮਰਾ ਜਿਹੜਾ ਜਿਹਦੇ ਵਿੱਚ ਇਹੋ ਜਿਹੇ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ, ਔਰ ਉਹਦੇ ਨਾਲ ਨਾਲ ਜਿਹੜਾ ਇੱਕ ਆਈਸੋਲੇਸ਼ਨ ਵਾਰਡ ਵੀ ਬਣਾਇਆ ਗਿਆ ਤਾਂ ਕਿ ਜੇਕਰ ਕਿਸੇ ਮਰੀਜ਼ ਦੇ ਵਿੱਚ ਪੋਜ਼ੀਟਿਵ ਪਾਏ ਜਾਂਦੇ ਆ ਥੋੜ੍ਹੇ ਬਹੁਤ ਸਿੰਪਟਮ ਤਾਂ ਉਹਨੂੰ ਉਸ ਵਾਰਡ ਦੇ ਵਿੱਚ ਰੱਖਿਆ ਜਾ ਸਕੇ। ਕੋਈ ਸ਼ੱਕੀ ਪੇਸ਼ੈਂਟ ਆਇਆ ਵੀ ਹੈ ਜੀ? ਹਾਂਜੀ, ਅੱਜ ਇੱਕ ਕੱਲ੍ਹ ਦੁਬਈ ਤੋਂ ਕੋਈ ਆਦਮੀ ਆਇਆ ਜਿਹੜਾ ਕਿ ਸਿੱਧਾ ਦੁਬਈ ਤੋਂ ਚੰਡੀਗੜ੍ਹ ਲੈਂਡ ਹੋਇਆ, ਔਰ ਅੱਜ ਸੁਬਾਹ ਹੋਸਪਿਟਲ ਦੇ ਵਿੱਚ ਆਇਆ ਸੀਗਾ। ਉਹਦੇ ਜਿਹੜੇ ਬੇਸਿਕ ਟੈਸਟ ਕੀਤੇ ਗਏ ਜਿਸ ਤਰ੍ਹਾਂ ਐਕਸਰੇ ਟੈਸਟ ਵਗੈਰਾ ਅਤੇ ਬਲੱਡ ਦੇ ਟੈਸਟ ਲਏ ਤਾਂ ਉਹਦੇ ਵਿੱਚ ਥੋੜ੍ਹੀ ਬਹੁਤ ਸ਼ੱਕ ਜਿਹੜੀ ਆਈ। ਉਸ ਤੋਂ ਬਾਅਦ ਜਦੋਂ ਅਸੀਂ ਮਰੀਜ਼ ਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਸ਼ਿਫਟ ਕਰਨ ਦੀ ਗੱਲ ਕੀਤੀ ਤਾਂ ਉਹ ਮਰੀਜ਼ ਜਿਹੜਾ ਇੱਥੋਂ ਚਲਾ ਗਿਆ। ਕਿ ਪਹਿਲਾਂ ਵੀ ਕੋਈ ਪ੍ਰੋਬਲਮ ਸੀਗੀ ਜਦੋਂ ਦੁਬਈ 'ਚ ਸੀਗਾ ਜੀ ਉਹ? ਹਾਂਜੀ, ਉਹਦੇ ਦੱਸਣ ਮੁਤਾਬਕ ਉਹ 10-15 ਦਿਨਾਂ ਤੋਂ ਉਹਨੂੰ ਖੰਘ ਜ਼ੁਕਾਮ ਦੀ ਪ੍ਰੋਬਲਮ ਹੈਗੀ ਹੈ। ਸਿਮਟਮ ਲੱਗ ਰਿਹਾ ਜੀ? ਕੋਈ ਸ਼ੱਕੀ ਹੈ? ਤੁਸੀਂ ਟੈਸਟ ਕਰਵਾਏ ਹੈ, ਕੁਛ ਆਇਆ ਸਾਹਮਣੇ? ਇਹਦੇ ਬਾਰੇ ਜ਼ਿਆਦਾਤਰ ਡਾਕਟਰ ਸਾਹਿਲ ਦੱਸ ਸਕਦੇ ਕਿਉਂਕਿ ਉਹਨਾਂ ਨੇ ਐਕਸਰੇ ਦੇਖਿਆ, ਬਟ ਉਹਨਾਂ ਨੇ ਸਾਨੂੰ ਜਿਹੜਾ ਹੈਗਾ ਇਸ ਮਰੀਜ਼ ਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਸ਼ਿਫਟ ਕਰਨ ਦੇ ਆਰਡਰ ਕੀਤੇ ਸੀ। ਜਿਸ ਤਰ੍ਹਾਂ ਜੀ ਹੋਸਪਿਟਲ 'ਚੋਂ ਚਲਾ ਗਿਆ, ਹੁਣ ਕੀ ਕਰਵਾਈ ਹੈ ਤੁਹਾਡੀ ਅੱਗੇ? ਮੈਂ ਆਪਣੇ ਅਥੋਰਟੀਜ਼ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਜੀ, ਅਤੇ ਕੋਸ਼ਿਸ਼ ਕਰਾਂਗੇ ਵੀ ਸ਼ਾਮ ਤੱਕ ਉਸ ਮਰੀਜ਼ ਨੂੰ ਕਿਸੇ ਨਾ ਕਿਸੇ ਤਰੀਕੇ ਜਿਹੜਾ ਵਾਪਸ ਲਿਆਂਦਾ ਜਾਵੇ ਹੋਸਪਿਟਲ। ਹੋਰ ਕੀ ਪ੍ਰੀਕੋਸ਼ਨ ਲਈ ਕੀ ਕੀਤੇ ਜਾਂਦੇ ਤੁਸੀਂ? ਪ੍ਰੀਕੋਸ਼ਨ ਲਈ ਅਵੇਅਰਨੈਸ ਹੀ ਹੈ ਜੀ, ਅਸੀਂ ਵੱਧ ਤੋਂ ਵੱਧ ਅਵੇਅਰ ਕਰ ਰਹੇ ਹਾਂ ਆਪਣੇ ਸਟਾਫ ਮੈਂਬਰਸ ਨੂੰ, ਜਿਹੜਾ ਹੈਗਾ ਮਾਸਕ ਯੂਜ਼ ਕਰਨ ਲਈ ਕਹਿ ਰਹੇ ਹਾਂ,
ਔਰ ਜਿਹੜੇ ਪਬਲਿਕ ਦੇ ਵਿੱਚ ਵੀ ਜਿਹੜਾ ਹੈਗਾ ਵੱਧ ਤੋਂ ਵੱਧ ਲੋਕਾਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਕਿ ਜਿਹੜੇ ਖੰਘ ਜ਼ੁਕਾਮ ਦੇ ਮਰੀਜ਼ ਆ ਉਹਨਾਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ, ਹੱਥ ਨਾ ਮਿਲਾਇਆ ਜਾਵੇ ਕਿਸੇ ਦੇ ਨਾਲ ਵੀ, ਆਪਣਾ ਵੱਖਰਾ ਰੋਲ ਤੌਲੀਆ ਅਤੇ ਰੁਮਾਲ ਵਗੈਰਾ ਵੱਖਰਾ ਵਰਤਿਆ ਜਾਵੇ, ਖੰਘਣ ਵੇਲੇ ਛਿੱਕਣ ਵੇਲੇ ਜਿਹੜਾ ਮੂੰਹ 'ਤੇ ਰੁਮਾਲ ਰੱਖਿਆ ਜਾਵੇ। ਸੋ ਇਸ ਤਰ੍ਹਾਂ ਦੀ ਅਵੇਅਰਨੈਸ ਆ ਜਿਹੜੀ ਪਬਲਿਕ ਦੇ ਵਿੱਚ ਫੈਲਾਈ ਜਾ ਰਹੀ। ਸਰ ਉਹ ਪੇਸ਼ੈਂਟ ਹੁਣ ਇੱਥੋਂ ਚਲਾ ਗਿਆ, ਬਾਜ਼ਾਰ 'ਚ ਕਿੰਨਾ ਕੁ ਨੁਕਸਾਨ ਹੋ ਸਕਦਾ ਉਹਦੇ? ਦੇਖੋ ਜੀ, ਜੇ ਉਹ ਪੋਜ਼ਿਟਿਵ ਹੈ ਫਿਰ ਤਾਂ ਜਿੱਥੇ ਵੀ ਉਹ ਜਾਏਗਾ ਉਹਦੀ ਨੁਕਸਾਨ ਤਾਂ ਹੋਏਗਾ ਹੀ, ਇਨਫੈਕਸ਼ਨ ਤਾਂ ਦੇਗੀ ਉਹ। ਅਤੇ ਜਲਦ ਤੋਂ ਜਲਦ ਉਹਨੂੰ ਵਾਪਸ ਲਿਆਉਣ ਲਈ ਕੀ ਕੀਤਾ ਜਾ ਰਿਹਾ ਜੀ? ਅਸੀਂ ਹੁਣੇ DSP ਸਿਟੀ ਨੂੰ ਇੱਕ ਚਿੱਠੀ ਕੱਢੀ ਹੈ ਜੀ, ਬਦਨੀ ਨੂੰ, ਨਿਹਾਲ ਸਿੰਘ ਵਾਲਾ, ਉਹ ਸਾਡੇ ਕੋਲ ਆ ਰਹੇ ਹੈ। ਸੋ ਉਹਨਾਂ ਦੇ ਨਾਲ ਪਲਾਨ ਕਰਕੇ ਕੁਛ ਨਾ ਕੁਛ ਕਰਦੇ ਹਾਂ ਜੀ ਫਰਦਰ ਸਟੈਪ। ਸਰਕਾਰੀ ਹਸਪਤਾਲ ਵਿੱਚ ਅਸੀਂ ਕਰੋਨਾ ਵਾਇਰਸ ਵਾਸਤੇ ਹੁਣ ਫੀਲਡ ਕੋਰਨਰ ਵੀ ਬਣਾ ਲਿਆ, ਪਲੱਸ ਸਾਡੇ ਕੋਲ ਇੱਕ ਆਈਸੋਲੇਸ਼ਨ ਵਾਰਡ ਵੀ ਕਰੋਨਾ ਵਾਇਰਸ ਵਾਸਤੇ ਬਣਾਇਆ ਗਿਆ, ਜਿਸ ਵਿੱਚ ਸਾਡੇ ਕੋਲ ਫੈਸਿਲਿਟੀ ਜਿਹੜੀ ਗੌਰਮੈਂਟ ਵੱਲੋਂ ਸਪਲਾਈਡ ਆ ਉਸਨੂੰ ਉਸ 'ਚ ਤਿਆਰ ਕਰ ਲਿਆ। ਕੀ ਪ੍ਰੀਕੋਸ਼ਨ ਲੈਣਾ ਚਾਹੀਦਾ ਜੀ? ਪ੍ਰੀਕੋਸ਼ਨ ਇਹ ਤਾਂ ਵੈਸੇ ਤਾਂ ਜਿਹੜੇ ਵੀ ਸਿਮਟਮ ਹੈ ਉਹ ਤਾਂ ਨੋਰਮਲ ਜਿਵੇਂ ਵਾਇਰਲ ਫੀਵਰ ਦੇ ਫਲੂ ਵਾਲੇ ਸਿਮਟਮ ਹੁੰਦੇ ਆ, ਜਿਵੇਂ ਕਿ ਬੁਖਾਰ ਹੈ, ਖਾਂਸੀ ਹੈ, ਗੜਾ ਹੈ, ਇਹੀ ਸਭ ਚੀਜ਼ਾਂ ਹੁੰਦੀਆਂ ਜੀ, ਕੋਲਡ ਵਗੈਰਾ, ਇਹ ਸਭ ਚੀਜ਼ਾਂ ਹੀ ਸਿਮਟਮ ਹੁੰਦੇ ਆ। ਪ੍ਰੀਕੋਸ਼ਨ ਇਹੀ ਹੈ ਕਿ ਆਪਾਂ ਨੂੰ ਇਹ ਰੈਸਪੀਰੇਟਰੀ ਇਨਫੈਕਸ਼ਨ ਹੈ, ਇੱਕ ਡਰੋਪਲੈਟਸ ਤੋਂ ਹੁੰਦਾ ਹੈ, ਇੱਕ ਦੂਸਰੇ ਤੋਂ ਪ੍ਰੀਵੈਂਸ਼ਨ ਤੋਂ ਹੀ ਮੇਨ ਹੈ। ਖਾਸ ਕਰਕੇ ਜਿਹੜੇ ਲੋਕ ਬਾਹਰ ਤੋਂ ਵਿਜਿਟ ਕਰ ਰਹੇ ਹੈ ਉਹਨਾਂ ਤੋਂ ਸਪੈਸ਼ਲੀ ਪ੍ਰੀਕੋਸ਼ਨ ਲੈਣਾ ਚਾਹੀਦਾ, ਕਿਉਂਕਿ ਉਹਨਾਂ 'ਚ ਚਾਂਸ ਜ਼ਿਆਦਾ ਹੈ ਕਿ ਉਹ ਬਾਹਰੋਂ ਇੰਡੀਆ 'ਚ ਤਾਂ ਹੈ ਹੀ ਨਹੀਂ, ਬਾਹਰੋਂ ਇੰਡੀਆ 'ਚ ਨਹੀਂ ਆਉਣਗੇ, ਫਿਰ ਇੰਡੀਆ 'ਚ ਆਏਗਾ ਤਾਂ ਫਿਰ ਸਪਰੈਡ ਹੋਏਗਾ। ਕੋਈ ਪੇਸ਼ੈਂਟ ਆਇਆ ਜੀ ਜਿਹੜਾ ਬਾਹਰੋਂ ਆਇਆ ਜਿਹਨੂੰ ਤੁਸੀਂ ਪ੍ਰੀਕੋਸ਼ਨਲੀ ਚੈੱਕ ਕਰ ਰਹੇ ਹੋ? ਇੱਕ ਪੇਸ਼ੈਂਟ ਹਲੇ ਆਇਆ ਤਾਂ ਹੈ ਬਾਹਰੋਂ, ਲੇਕਿਨ ਹਲੇ ਉਹਦੀ ਕੁਛ ਸਿਮਟਮ ਹਲੇ ਵਾਇਰਲ ਵਾਲੇ ਹੀ ਹੈ, ਫਲੂ ਵਾਲੇ ਸਿਮਟਮ ਹੈ, ਹਲੇ ਉਹਨੂੰ ਦੇਖਾਂਗੇ, ਉਹਦੇ ਟੈਸਟ ਵਗੈਰਾ ਅਸੀਂ ਉਹਨੂੰ ਐਡਵਾਈਸ ਕੀਤੇ, ਉਸ ਹਿਸਾਬ ਨਾਲ ਉਹਦੇ ਬਾਅਦ ਦੇਖਾਂਗੇ। ਕਿੱਥੋਂ ਆਇਆ ਜੀ ਪੇਸ਼ੈਂਟ, ਕਦੋਂ ਆਇਆ ਜੀ? ਪੇਸ਼ੈਂਟ ਕੱਲ੍ਹ ਹੀ ਆਇਆ ਦੁਬਈ ਤੋਂ, ਅਤੇ ਉਹਨੂੰ ਅਸੀਂ ਸਿਮਟਮਸ ਤਾਂ ਵੈਸੇ ਪਹਿਲਾਂ ਤੋਂ ਵੀ ਹੈ, ਉਹਨੂੰ ਅਸੀਂ ਉਹਨਾਂ ਦਾ ਵਰਕਅਪ ਕਰ ਰਹੇ ਹਾਂ, ਉਸ ਤੋਂ ਬਾਅਦ ਆਪਾਂ ਦੇਖਦੇ ਹਾਂ। ਕਰੋਨਾ ਵਾਇਰਸ ਨਾਲ ਹੀ ਹੈ ਕੁਛ ਲੱਗ ਰਿਹਾ ਸੀ? ਨਹੀਂ, ਇੱਦਾਂ ਦਾ ਦੇਖੋ ਸਿਮਟਮਸ ਤਾਂ ਸਾਰਿਆਂ ਦੇ ਸੇਮ ਹੀ ਹੁੰਦੇ ਆ, ਇੰਨੀ ਜਲਦੀ ਨਹੀਂ ਕਹਿ ਸਕਦੇ ਕਿ ਕਰੋਨਾ ਨਾਲ ਇਨਫੈਕਟਡ ਹੈ ਜਾਂ ਨਹੀਂ ਹੈ, ਹੋ ਸਕਦਾ ਨਾਰਮਲ ਵੀ ਹੋਵੇ, ਪਰ ਕੁਛ ਹਾਲੇ ਕੁਛ ਪੱਕਾ ਨਹੀਂ ਕਹਿ ਸਕਦੇ।